ਹੈਲੋ एवरीवन ਕੀ ਹਾਲ ਚਾਲ ਵਾ ਤੁਹਾਡਾ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਖੈਰ-ਉਾਫੀਏ ਦੇ ਨਾਲ ਹੋਵੋਗੇ ਮੈਂ ਆਪਣੇ ਫੇਸਬੁੱਕ ਤੇ YouTube ਚੈਨਲ ਤੋਂ ਤੁਹਾਡੇ ਨਾਲ ਮੁਖਾਤਬ ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਪਾਕਿਸਤਾਨ ਕ੍ਰਿਕਟ ਟੀਮ ਆਇਲੈਂਡ ਤੇ ਇੰਗਲੈਂਡ ਦੇ ਖਿਲਾਫ ਵਰਲਡ ਕੱਪ 2024 ਤੋਂ ਪਹਿਲੋ-ਪਹਿਲੋਂ T20 ਸੀਰੀਜ਼ ਜਿਹੜੀ ਆ ਉਹ ਖੇਲੇਗੀ ਇਸ ਵਰਲਡ ਕੱਪ 2024 ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਦੀ ਪਰਫਾਰਮੈਂਸ ਦਾ ਪਤਾ ਚਾਲੀ ਜਾਏਗਾ ਕਿ ਪਾਕਿਸਤਾਨ ਕ੍ਰਿਕਟ ਟੀਮ ਨੇ ਵਰਲਡ ਕੱਪ 2024 ਦੇ ਵਿੱਚ ਕਿਦਾਂ ਦਾ ਪਰਫਾਰਮ ਕਰਨਾ ਵਾ ਕਿਉਂਕਿ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਖਿਲਾਫ T20 ਸੀਰੀਜ਼ ਹੋਈ ਆ ਪਾਕਿਸਤਾਨ ਕ੍ਰਿਕਟ ਟੀਮ ਨੇ ਬੜੀ ਮੁਸ਼ਕਲ ਦੇ ਨਾਲ ਉਹ T20 ਸੀਰੀਜ਼ ਜਿਹੜੀ ਸੀ ਬਰਾਬਰ ਕੀਤੀ ਸੀ ਕਿਉਂਕਿ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਅਗਰ ਪੰਜਵਾਂ T20 ਮੈਚ ਵੀ ਜਿੱਤ ਜਾਂਦੀ ਤੇ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਸੀ ਏ ਸੀਰੀਜ਼ ਹਾਰ ਜਾਣੀ ਸੀ ਪਾਕਿਸਤਾਨ ਕ੍ਰਿਕਟ ਟੀਮ ਦੀ ਕੋਈ ਪਰਫਾਰਮੈਂਸ ਜਿਹੜੀ ਆ ਵਰਲਡ ਕੱਪ 2024 ਤੋਂ ਪਹਿਲੋਂ ਮੈਨੂੰ ਤੇ ਸਹੀ ਨਜ਼ਰ ਨਹੀਂ ਆ ਰਹੀ ਲੇਕਿਨ ਹੁਣ ਪਾਕਿਸਤਾਨ ਕ੍ਰਿਕਟ ਟੀਮ ਦੀ ਪਰਫਾਰਮੈਂਸ ਦਾ ਪਤਾ ਆਇਲੈਂਡ ਦੇ ਖਿਲਾਫ ਤੇ ਇੰਗਲੈਂਡ ਦੇ ਖਿਲਾਫ ਪਤਾ ਚਾਲੀ ਜਾਏਗਾ ਕਿ ਪਾਕਿਸਤਾਨ ਕ੍ਰਿਕਟ ਟੀਮ ਨੇ ਵਰਲਡ ਕੱਪ 2024 ਦੇ ਵਿੱਚ ਕਿ ਇਸ ਤਰ੍ਹਾਂ ਦਾ ਪਰਫਾਰਮ ਕਰਨਾ ਵਾ ਲੇਕਿਨ ਪਾਕਿਸਤਾਨ ਕ੍ਰਿਕਟ ਬੋਰਡ ਨੇ 18 ਰੁਕਣੀ ਟੀਮ ਦਾ ਐਲਾਨ ਕਰਤਾ ਵਾ ਕਿ ਕਿਹੜੇ ਕਿਹੜੇ ਖਿਡਾਰੀਆਂ ਨੇ ਜਾ ਕੇ ਆਇਰਲੈਂਡ ਤੇ ਇੰਗਲੈਂਡ ਦੇ ਖਿਲਾਫ T20 ਮੈਚ ਖੇਲਣੇ ਆ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਜਿਹੜੇ ਆ ਬਾਬਰ ਆਜ਼ਮ ਨੂੰ ਬਰਕਰਾਰ ਰੱਖਿਆ ਗਿਆ ਵਾ ਕਿਉਂਕਿ ਬਾਬਰ ਆਜ਼ਮ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ ਜਿਹੜੀ ਸੀ ਸ਼ਹੀਨ ਸ਼ਾਹ ਅਫਰੀਦੀ ਨੂੰ ਦਿੱਤੀ ਗਈ ਸੀ ਲੇਕਿਨ ਸ਼ਹੀਨ ਸ਼ਾਹ ਅਫਰੀਦੀ ਨੇ ਕੋਈ ਅੱਛਾ ਪਰਫਾਰਮ ਨਹੀਂ ਕੀਤਾ ਸੀ ਸ਼ਹੀਨ ਸ਼ਾਹ ਅਫਰੀਦੀ ਦੀ ਕਪਤਾਨੀ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਸੀ ਨਿਊਜ਼ੀਲੈਂਡ ਦੇ ਖਿਲਾਫ ਚਾਹ T20 ਮੈਚ ਲਗਾਤਾਰ ਹਾਰ ਗਈ ਸੀ ਇੱਕ T20 ਮੈਚ ਜਿੱਤ ਕੇ ਨਿਊਜ਼ੀਲੈਂਡ ਦੇ ਕੋਲੋਂ ਆਈ ਸੀ ਵਾਪਸ ਇਸ ਬਾਅਦ ਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਹ ਫੈਸਲਾ ਕੀਤਾ ਸੀ ਕਿ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ ਜਿਹੜੀ ਆ ਬਾਬਰ ਆਜ਼ਮ ਨੂੰ ਦੇ ਦਿੱਤੀ ਜਾਵੇ ਹੁਣ ਬਾਬਰ ਆਜ਼ਮ ਦੀ ਕਪਤਾਨੀ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ ਆਇਲੈਂਡ ਤੇ ਇੰਗਲੈਂਡ ਦੇ ਖਿਲਾਫ T20 ਸੀਰੀਜ਼ ਵੀ ਖੇਡ ਲਈਆ ਤੇ ਵਰਲਡ ਕੱਪ 2024 ਵੀ ਖੇਲਣਾ ਵਾ ਪਾਕਿਸਤਾਨ ਕ੍ਰਿਕਟ ਬੋਰਡ ਨੇ 18 ਰੁਕਣੀ ਟੀਮ ਦਾ ਐਲਾਨ ਕੀਤਾ ਵਾ ਇਹਨਾਂ ਦੇ ਵਿੱਚ ਬਾਬਰ ਆਜ਼ਮ ਜਿਹੜੇ ਆ ਕੈਪਟਨ ਹੋਣਗੇ ਫਖਰ ਜ਼ਮਾਨ ਵੀ ਹੋਣਗੇ ਸ਼ਾਦab ਖਾਨ, ਇਮਾਦ ਵਸੀਮ, ਉਸਮਾਨ ਖਾਨ ਤੇ ਆਜ਼ਮ ਖਾਨ ਜਿਹੜੇ ਆ हसन, ਅਲੀ ਜਿਹੜੇ ਆ ਉਸਮਾਨ ਖਾਨ ਇਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਵਾ ਤੇ ਬੋਲਰਾਂ ਦੇ ਵਿੱਚੋਂ ਮੁਹੰਮਦ ਆਮਰ ਜਿਹੜੇ ਆ ਇਮਾਰ ਵਸੀਮ ਉਸਾਮਾ ਮੀਰ ਜਿਹੜੇ ਆ ਖੈਰ ਉਹਨਾਂ ਨੂੰ ਤੇ ਸ਼ਾਮਲ ਨਹੀਂ ਕੀਤਾ ਗਿਆ ਨਾਜ਼ਮਾਨ ਖਾਨ ਨੂੰ ਸ਼ਾਮਲ ਕੀਤਾ ਗਿਆ ਵਾ ਹਸਨ ਅਲੀ ਜਿਹੜੇ ਕਿ ਇੰਗਲੈਂਡ ਦੇ ਵਿੱਚ ਕੌਂਟੀ ਕ੍ਰਿਕਟ ਖੇលਦੇ ਪਏ ਆ ਉਹਨਾਂ ਨੂੰ ਵੀ ਮੌਕਾ ਦਿੱਤਾ ਗਿਆ ਵਾ ਆਜ਼ਮ ਖਾਨ ਵਿੱਚ ਦੇ ਲੋਕੇ ਬੱਲੇਬਾਜ਼ ਹੋਈ ਕਿ ਜਿਹੜਾ ਕੋਈ ਸਹੀ ਪਰਫਾਰਮ ਨਹੀਂ ਕਰ ਪਾ ਰਿਆ ਸੀ ਉਹਨੂੰ ਦੁਬਾਰਾ ਮੌਕਾ ਦਿੱਤਾ ਗਿਆ ਵਾ ਹੁਣ ਵੇਖਦੇ ਆ ਕਿ ਆਇਲੈਂਡ ਦੇ ਖਿਲਾਫ ਉਹਨੂੰ ਮੌਕਾ ਦਿੰਦੇ ਆ ਜਾਂ ਇੰਗਲੈਂਡ ਦੇ ਖਿਲਾਫ ਉਹਨੂੰ ਮੌਕਾ ਦਿੰਦੇ ਆ ਸਾਇਮ ਈਯੂਬ ਨੂੰ ਵੀ ਸ਼ਾਮਲ ਕੀਤਾ ਗਿਆ ਵਾ ਹਾਲਾਂਕਿ ਸਾਇਮ ਈਯੂਬ ਜਿਹੜੇ ਆ ਉਹਨਾਂ ਨੇ ਨਿਊਜ਼ਲੈਂਡ ਦੇ ਖਿਲਾਫ ਕੋਈ ਅੱਛਾ ਪਰਫਾਰਮ ਨਹੀਂ ਕੀਤਾ ਸੀ ਲੇਕਿਨ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਮੁਹੰਮਦ ਹਾਰਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹਾਲਾਂਕਿ ਮੁਹੰਮਦ ਹਾਰਸ ਦੀ ਵੀ ਜਗ੍ਹਾ ਬੰਦੀ ਸੀ ਲੇਕਿਨ ਬਾਬਰ ਆਜ਼ਮ ਦੇ ਉੱਤੇ ਕਾਫੀ ਜ਼ਿਆਦਾ ਇੰਡੀਅਨ ਮੀਡੀਆ ਜਿਹੜਾ ਉਹ تنਕੀਦ ਕਰਦਾ ਪਿਆ ਵਾ ਕਿ ਬਾਬਰ ਆਜ਼ਮ ਜਿਹੜੇ ਆ ਯਾਰੀ ਦੋਸਤੀ ਨੂੰ ਦਬਾਉਂਦੇ ਆ ਹਸਨ ਅਲੀ ਨੂੰ ਵੀ ਸ਼ਾਮਲ ਕੀਤਾ ਗਿਆ ਵਾ ਹਾਲਾਂਕਿ ਹਸਨ ਅਲੀ ਜਿਹੜਾ ਵਾ ਬਾਬਰ ਆਜ਼ਮ ਦਾ ਇੱਕ ਬੈਸਟ ਫਰੈਂਡ ਵਾ ਇੰਡੀਅਨ ਮੀਡੀਆ ਇਹੀ ਬਾਬਰ ਆਜ਼ਮ ਦੇ ਉੱਤੇ ਤਨਕੀਦ ਕਰਦਾ ਪਿਆ ਵਾ ਕਿ ਬਾਬਰ ਆਜ਼ਮ ਜਿਹੜੇ ਆ ਯਾਰੀ ਦੋਸਤੀ ਨੂੰ ਨਿਭਾਉਂਦੇ ਆ ਆਪਣੇ ਦੋਸਤਾਂ ਨੂੰ ਸ਼ਾਮਲ ਕਰਦੇ ਆ ਲੇਕਿਨ ਮੁਹੰਮਦ ਹਾਰਿਸ ਜਿਹੜੇ ਆ ਇੱਕ ਅੱਛੇ ਖਿਡਾਰੀ ਸੀ ਕਿ ਉਹਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਸੀ ਲੇਕਿਨ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਲੇਕਿਨ ਹੁਣ ਵੇਖਦੇ ਆ ਕਿ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਆ ਆਇਰਲੈਂਡ ਦੇ ਖਿਲਾਫ ਕਿਸ ਤਰ੍ਹਾਂ ਦਾ ਪਰਫਾਰਮ ਕਰਦੀ ਆ ਕਿਉਂਕਿ ਪਾਕਿਸਤਾਨ ਕ੍ਰਿਕਟ ਟੀਮ ਨੇ ਆਇਰਲੈਂਡ ਦੇ ਖਿਲਾਫ ਤਿੰਨ ਟੀ20 ਮੈਚ ਖੇਡਨੇ ਆ ਉਸ ਤੋਂ ਬਾਅਦ ਚੋਂ ਪਾਕਿਸਤਾਨ ਕ੍ਰਿਕਟ ਟੀਮ ਨੇ इंग्लैंड ਦੇ ਖਿਲਾਫ ਚਾਰ T20 ਮੈਚ ਖੇਲਨੀ ਆ ਲੇਕਿਨ ਇਹ ਦੋਵੇਂ ਸੀਰੀਜ਼ ਜਿਹੜੀਆਂ ਇਹ ਵਰਲਡ ਕੱਪ 2024 ਤੋਂ ਪਹਿਲਾਂ-ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਨੇ ਖੇਲਨੀ ਆ ਵਾ ਲੇਕਿਨ ਹੁਣ ਵੇਖਦੇ ਆ ਕਿ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਆ ਆਇਲੈਂਡ ਦੇ ਖਿਲਾਫ ਤੇ ਇੰਗਲੈਂਡ ਦੇ ਖਿਲਾਫ T20 ਸੀਰੀਜ਼ ਇਹ ਜਿੱਤ ਪਾਉਂਦੀ ਆ ਜਾਂ ਨਹੀਂ ਖੈਰ ਤੁਸੀਂ ਇਸ ਬਾਰੇ ਕੀ رائے ਰੱਖਦੇ ਆ ਕਿ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਆ ਆਇਲੈਂਡ ਤੇ ਇੰਗਲੈਂਡ ਦੇ ਖਿਲਾਫ T20 ਸੀਰੀਜ਼ ਜਿੱਤ ਪਾਏਗੀ ਜਾਂ ਨਹੀਂ